ਅੱਜ ਕੋ ਸਬਜ਼ੀ ਸਬਜ਼ੀ ਲਾਂਦੀ ਆਈ ਉਹ ਕੀ ਆਖਿਆ ਈ ਮੈਂ ਉੱਚਾ ਸੁਣਨਾ ਮਾਰਿਓ ਮੈਂ ਕਿਵੇਂ ਸਮਝਾਵਾਂ ਬਾਬੂ ਇੱਥੇ ਬੜੀ ਪੀ ਲਾਉਣੀ ਏ ਨਾ ਮੈਂ ਪੈਰ ਤਦਨਾ ਨਾ ਮੈਂ ਉੱਤੀ ਤਦਨਾ ਬਲੀ ਪੀ ਲਾਉਣੀ ਕੋਈ ਤੀਤਾ ਤੀਤਾ ਲਵਾ ਤੈਨੂੰ ਪਾ ਕੇ ਚੁੱਕ ਤੂੰ ਜਾ ਕੇ ਮਲਾਇਆ ਪਿਤਲਾ ਤੇਲ ਨਾਲ ਮਾ ਮਲਾ ਗਿਆ ਤੇਲ ਪਲਾ ਤੇ ਜਲਦੀ ਜਾ ਓਏ ਤਾ ਲਿਓ ਪਲਾ ਬਣਾ ਓਏ ਲੋਟਾ ਕੀ ਆਦਾ ਹੈ ਤੈਨੂੰ ਕੀ ਹੈ ਪਤਾ ਚੁੱਕ ਪਾ ਗਏ ਸੂ ਇਹ ਕੀ ਆਦਾ ਹੈ ਮਰ ਗਿਆ ਦੋਰੀ ਬਲਾ ਨੂੰ ਕੇ ਦੱਸਾਂ ਚੁੱਕ ਪੈ ਗਈ ਚੁੱਕ ਪੈ ਗਈ ਸੂ ਅੱਛਾ ਓਹਨੂੰ ਆਖਿਆ ਮੈਂ ਮਾਲ ਲਈ ਨਾ ਕਿਹਦੇ ਗਿਆ ਮਲਾ ਮੈਨੂੰ ਵੱਜ ਆਈ ਪੱਠਿਆਂ ਪਾਣੀ ਕਿਸੇ ਨੇ ਲਾਇਆ ਯਾਰ ਕੀ ਚੱਕਰ ਬਾਈ ਕੀ ਸ਼ਾ ਖੜਾ ਵਧਾ ਕੀ ਸ਼ਾ ਲੱਭਦਾ ਵਧਾ ਯਾਰ ਦੇਖੋ ਪੁੱਛੀਏ ਤਾਂ ਸਹੀ ਜਾ ਕੇ ਮੈਂ ਬਲੀ ਪੀ ਲੋਨੀ ਮੇਰੀ ਧਾਤ ਨੇ ਚਲੀਦੀ ਬਲੀ ਪੀ ਲੋਨੀ ਓ ਬਲੀ ਪੀ ਲੋਨੀ ਓ ਮੈਂ ਮਾਧਿਆ ਸੁਬਹਾਨ ਅੱਲਾਹ ਅਲਹਮਦੁਲਿਲਾਹ ਅੱਲਾਹੁ ਅਕਬਰ ਸੁਬਹਾਨ ਅੱਲਾਹ ਅਲਹਮਦੁਲਿਲਾਹ ਅੱਲਾਹੁ ਅਕਬਰ ਅਸਤਗਫਿਰੁਲਾਹ 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 ਬਈ ਪੀ ਹੁੰਦੀ ਏ ਦਾਲ ਓਏ ਓਏ ਮੈਂ ਮਾਦੇ ਓਏ ਮਲਦ ਨਿਤੰਮਾ ਇਹ ਰਾਤ ਇੱਥੇ ਤੋਂ ਤੌਣ ਮਿਲਿੰਦਾ ਏ ਰੁਕੋ ਜਰਾ ਸਬਰ ਕਰੋ ਹੁਣ ਮੈਂ ਨਿਮਾਜ਼ ਪੜ ਕੇ ਆਉਂਦਾ ਪੀ ਆ ਮੈਂ ਤੈਨੂੰ ਕੀ ਦੱਸਾਂ ਮੈਨੂੰ ਕੀ ਪਤਾ ਚੌਥ ਕੌਣ ਮਰਿੰਦਾ ਉਹ ਮੇਰੇ ਮੂੰਹ ਤੇ ਦਾੜੀ ਏ ਕੁਝ ਹਯਾ ਨੂੰ ਹੱਥ ਮਾਰ ਉਹ ਮੈਂ ਕਿਹਾ ਤਲਾ ਮੈਂ ਆ ਤਲਾ ਉਹ ਮੈਨੂੰ ਬਲੀ ਪੀ ਲਾਉਂਦੀ ਏ ਉਹ ਗੁੱਤੀਆਂ ਨਾ ਬੰਦਾ ਦੱਤ ਦਿੰਦੇ ਕੋਲ ਮੈਂ ਤੁੱਤ ਮਲਾਈ ਮਲਤ ਨਿਤੰਮਾ ਤੂੰ ਮੈਨੂੰ ਤਿਆ ਨਾ ਬੰਦਾ ਲੱਦਣਾ ਤੂੰ ਮੇਰੀ ਤੁੱਤ ਮਲੇਨਾ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਉਹ ਤੈਨੂੰ ਖੁਦਾ ਮਾਰੇ ਉਹ ਮੈਂ ਉਹ ਜਿਹਾ ਬੰਦਾ ਨਹੀਂ ਆ ਉਹ ਕੋਈ ਹੋਰ ਲੱਭ ਹੋ ਜਿਹਾ ਤੇ ਤਬੀਅਤ ਦਰੁਸਤ ਕਰੇ ਮਲਕ ਨਿਤੰਮਾ ਮੈਨੂੰ ਤੂੰ ਤਿਆ ਨਾ ਬੰਦਾ ਲੱਦਣਾ ਮੈਂ ਤੈ ਤੂੰ ਮਲੇਨਾ ਤੇ ਮੈਂ ਤੁਹਾਡਾ ਖਰਚ ਤੂੰ ਬਿਰਾ ਮੈਂ ਜਾਣ ਅਸੀਂ ਜਿਹੜੀ ਵੀਡੀਓ ਬਣਾਈ ਹੈ ਤੁਹਾਡੇ ਵੱਲ ਪੇਸ਼ ਕੀਤੀ ਹੈ ਤੁਹਾਡੇ ਵੱਲ ਗੱਲ ਹੀ ਹੈ ਇਹ ਸਾਡੇ UAS
ਟੀਵੀ ਚੈਨਲ ਤੁਸੀਂ ਵੇਖੀਏ ਭਾਈਜਾਨ, ਇਸ ਦੇ ਬਣਾਉਣ ਦਾ ਮਕਸਦ ਇਹ ਆਈ ਪਿਆ ਕਿ ਤਿੰਨ ਕਰੈਕਟਰ ਤੁਹਾਡੇ ਸਾਹਮਣੇ ਰੱਖੇ ਨੇ, ਇੱਕ ਇਹ ਪਿਆ ਜੀ ਡੋਰਾ, ਇੱਕ ਇਹ ਪਿਆ ਥਥਵਾ, ਇੱਕ ਇਹ ਪਿਆ ਤੋਤਲਾ। ਤੋਤਲਾ ਭਾਈਜਾਨ, ਇਹਨਾਂ ਦੇ ਬੋਲਣ 'ਚ ਥੋੜ੍ਹਾ ਜਿਹਾ ਫਰਕ ਹੁੰਦਾ ਹੈ ਵੀ ਆ, ਲੇਕਿਨ ਦੁਨੀਆ ਇਹਨੂੰ ਉਲਟ ਨਾ ਸਮਝੇ। ਅਸਾਂ ਕਾਮੇਡੀ ਤੁਹਾਨੂੰ ਹਸਾਉਣ ਵਾਸਤੇ, ਤੁਹਾਡਾ ਮਿਜ਼ਾਜ ਪਰੇਸ਼ਾਨੀ ਦੂਰ ਕਰਨ ਵਾਸਤੇ, ਵਿਰਾਵਾਂ ਨੂੰ ਸਿਰਫ ਖੁਸ਼ ਕਰਨ ਵਾਸਤੇ ਵੀਡੀਓ ਬਣਾਈਏ। ਵੀਡੀਓ ਨੂੰ ਵੇਖੋ, ਲਾਈਕ ਕਰੋ ਔਰ ਇਹਦੇ ਉੱਤੇ ਕਮੈਂਟ ਕਰੋ। ਲਾਈਕ ਇਸ ਕਿਸਮ ਦਾ ਕਰਨਾ, ਇਹ ਨਾ ਹੋਵੇ ਬਈ ਤੁਸੀਂ ਅੰਗਲ ਮੰਡੋ ਤੇ ਸਾਡਾ ਨੱਕ ਭੱਜ ਜਾ। ਆਰਾਮ ਨਾਲ ਲਾਈਕ ਕਰੋ, ਆਰਾਮ ਨਾਲ ਲਾਈਕ ਕਰਨਾ, ਸ਼ੇਅਰ ਵੀ ਕਰਨਾ। ਬੜੀ ਮਿਹਰਬਾਨੀ ਜਨਾਬ ਜੀ, ਪਾਕਿਸਤਾਨ ਜ਼ਿੰਦਾਬਾਦ। ऐसी और वीडियो देखने के लिए हमारे चैनल को सब्सक्राइब करें और बेल का बटन दबाना।